ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਨਵਦੀਪ ਟਾਲੀਵਾਲ ਤੇ ਹੁਣ ਖਬਰਾਂ ਵਿਸਥਾਰ ਨਾਲ। ਆਮ ਆਦਮੀ ਪਾਰਟੀ ਨਾਲੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਦੁਆਰਾ ਸ਼ੁਰੂ ਕੀਤੀ ਗਈ ਤਬਦੀਲੀ ਯਾਤਰਾ ਦੇ ਅਖੀਰ ਪੜਾਅ ਵਿੱਚ ਉਹ ਅੱਜ ਫਰੀਦਕੋਟ ਪਹੁੰਚੇ ਅਤੇ ਉਹਨਾਂ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਉਹਨਾਂ ਦੀ ਇਹ ਤਬਦੀਲੀ ਯਾਤਰਾ ਬੇਹੱਦ ਕਾਮਯਾਬ ਰਹੀ ਹੈ ਅਤੇ ਉਹ ਛੇਤੀ ਹੀ ਆਪਣੇ ਸਮਰਥਕਾਂ ਨਾਲ ਵਿਚਾਰ ਕਰਕੇ ਪੰਜਾਬ ਦੇ ਲੋਕਾਂ ਲਈ ਨਿਰਪੱਖ ਲੋਕਾਂ ਲਈ ਇੱਕ ਪਲੇਟਫਾਰਮ ਦੇਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਜਾਬ ਕਨਵੀਨਰ ਬਾਰੇ ਉਹਨਾਂ ਕਿਹਾ ਕਿ ਗੁਰਪ੍ਰੀਤ ਘੁੱਗੀ ਇੱਕ ਵਧੀਆ ਕਾਮੇਡੀਅਨ ਹੋ ਸਕਦਾ ਹੈ, ਚੰਗਾ ਜਨ ਸੇਵਕ ਨਹੀਂ। ਬਹੁਤ ਲੋਕਾਂ ਨੇ, ਸ਼ਹਿਰ ਨਿਵਾਸੀਆਂ ਨੇ ਵੀ ਦੁਕਾਨਾਂ ਦੇ ਬਾਹਰ ਖਲੋ ਖਲੋ ਕੇ ਸਾਡਾ ਹੌਸਲਾ ਵਧਾਇਆ ਔਰ ਲੋਕਾਂ ਨੇ ਕਿਹਾ ਕਿ ਤੁਸੀਂ ਚੰਗੇ ਬੰਦਿਆਂ ਨੂੰ ਨਾਲ ਲੈ ਕੇ ਤੁਰੋ, ਅਸੀਂ ਇਹਨਾਂ ਲੋਕਾਂ ਤੋਂ ਖੜਾ ਛਡਾਉਣਾ ਚਾਹੁੰਦੇ ਹਾਂ। ਇਹ ਮਚਿਓਰਟੀ ਹੈ, ਬਚਪਨਾ ਹੈ, ਉਹ ਚੰਗਾ ਕੋਮੇਡੀਅਨ ਹੋ ਸਕਦਾ, ਉਹ ਸੋਸ਼ਲ ਸਰਵੈਂਟ ਅੱਛਾ ਸਾਬਤ ਨਹੀਂ ਹੋ ਸਕਦਾ। ਉਹਨੇ ਇਹ ਗੱਲਾਂ ਕਰਨ ਦੀ ਲੋੜ ਹੀ ਨਹੀਂ ਸੀ ਉਹਨੂੰ। ਪੰਜ ਪਿਆਰੇ 'ਤੇ ਇੱਕ ਸਮਾਜਿਕ ਪਰਿਵਰਤਨ ਵਾਸਤੇ ਆਏ ਸੀ ਜਦੋਂ ਦੇਸ਼ ਦੀ ਹਾਲਤ ਬਹੁਤ ਹੀ